ਨਮਸਕਾਰ ਖਬਰਾਂ ਦੇਸ ਬਲਟਿਨ 'ਚ ਤੁਹਾਡਾ ਸਵਾਗਤ ਮੈ ਰਜਨੀ ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ 20 ਮਹੀਨਿਆਂ ਤੋਂ ਬਾਅਦ ਕਰਤਾਰਪੁਰ ਲਾਂਘਾ ਖੁੱਲਿਆ ਕਰਤਾਰਪੁਰ ਸਾਹਿਬ ਦੇ ਦਰਸ਼ਨਾਧਰੀ ਚਾਂਦ ਬਲੇ ਸ਼ਰਦਾਲੂਆਂ ਵਿੱਚ ਭਾਰੀ ਉਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 2500 ਦੇ ਕਰੀਬ ਸਿਕਸ਼ਰਦਾਲੂਆਂ ਦਾ ਜਥਾ ਅੱਜ ਅਟਾਰੀਵਾਗਾ ਸਰਹੱਦ ਦੇ ਸੜਕੀ ਰਸਤੇ ਪਾਕਿਸਤਾਨ ਲਈ ਰਵਾਨਾ ਹੋਇਆ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਨੂੰ ਅੱਜ ਜੁਨਾ ਦੇ ਬਲੀਦਾਨ ਦਿਵਸ ਮੌਕੇ ਨਿਗੀਆਂ ਸ਼ਰਧਾਂਜਲੀਆ ਦਿੱਤੀਆਂ ਗਈਆਂ शिमला وچ ہو رہے 82ویں دو روزہ ਸਰਪਾਰਟੀ ਪ੍ਰੈਜ਼ਾਈਡਿੰਗ ਆਫ ਸਟੇਟ ਦੇ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਲੋਕਤੰਤਰ ਸਿਰਫ ਇੱਕ ਵਿਵਸਥਾ ਹੀ ਨਹੀਂ ਸਗੋਂ ਇਹ ਸਾਡੀ ਪ੍ਰਵਿਰਤੀ ਵਿੱਚ ਹੈ ਅਤੇ ਜੀਵਨ ਦਾ ਹਿੱਸਾ ਹੈ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਸੜਕੀ ਯੋਜਨਾ ਤਿੰਨ ਤਹਿਤ ਕੋਈ 3382 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ अनुराग ठाकुर ने दसया कि पीएम सडक की पी योजना फेस 1 ਅਤੇ 2 ਤਹਿਤ ਸੜਕੀ ਸੰਪਰਕ ਤੋਂ ਜੋ ਖੇਤਰ ਛੁੱਟ ਗਏ ਸਨ ਉਨ੍ਹਾਂ ਵਿੱਚ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ ਆਂਧਰਾ ਪ੍ਰਦੇਸ਼ ਛਤੀਸਗੜ ਝਾਰਖੰਡ ਮਹਾਰਾਸ਼ਟਰ ਅਤੇ ਉੜੀਸਾ ਵਿੱਚ ਪੈਂਦੇ 7287 ਪਿੰਡਾਂ ਨੂੰ ਮੋਬਾਈਲ ਟਾਵਰ ਦੀ ਸਹੂਲਤਾਂ ਦੇਣ ਤੇ 646 ਕਰੋੜ ਰੁਪਏ ਖਰਚੇ ਜਾਣਗੇ ਹੁਣ ਖਬਰਾਂ ਵਿਸਥਾਰ ਨਾਲ ਲਖਾ ਸ਼ਰਦਾਲੂਆਂ ਦੀ ਆਸਥਾ ਦਾ ਕੇਂਦਰ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤਾਂਗ ਲਈ ਬੈਠੇ ਲੋਕੀ ਅੱਜ ਕਰਤਾਰਪੁਰ ਲਾਂਘੇ ਰਾਹੀਂ ਰਵਾਨਾ ਹੋਏ ਇਨ੍ਹਾਂ ਲੋਕਾਂ ਵਿੱਚ ਇੱਕ ਖਾਸ ਉਤਸ਼ਾਹ ਵੇਖਿਆ ਜਾ ਰਿਹਾ ਸੀ ਕਰਤਾਰਪੁਰ ਲਾਂਘਾ ਪਾਰਤ ਸਰਕਾਰ ਵੱਲੋਂ ਕੋਈ 20 ਮਹੀਨਿਆਂ ਦੇ ਵਕਫੇ ਤੋਂ ਬਾਅਦ ਅੱਜ ਤੋਂ ਮੁਰਖ ਖੋਲਿਆ ਗਿਆ ਹੈ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਹੈ ਜਿਸ ਕਰਕੇ ਸਿੱਖ ਸ਼ਰਦਾਲੂਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਲੰਬੀਆ ਅਰਦਾਸਾਂ ਤੋਂ ਬਾਅਦ ਇਹ ਸ਼ਰਦਾਲੂ ਪੂਰੀ ਧਾਰਮਿਕ ਸ਼ਰਧਾ ਤੇ ਯੋਜਨਾ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਏ ਲਾਂਘ ਉਭ ਜਾਣ ਲਈ ਕਰੋਨਾ ਟਿਕਾ ਕਰੰਦਾ ਸਬੂਤ ਅਤੇ ਆਰਟੀਪੀਸੀਆਰ ਰਿਪੋਰਟ ਦੇਣਾ ਲਾਜ਼ਮੀ ਕੀਤਾ ਗਿਆ ਹੈ ਕਰੋਨਾ ਕਾਰਨ ਹੀ ਸਰਕਾਰ ਨੂੰ ਕਰਤਾਰਪੁਰ ਲਾਂਗਾ ਬੰਦ ਕਰਨਾ ਪਿਆ ਸੀ ਪ੍ਰਸਾਰਪਾਰਤ ਦੇ ਨੁਮਾਇੰਦੇ ਨੇ ਦੱਸਿਆ ਹੈ ਕਿ ਇਹਨਾਂ ਦਸਤਾਵੇਜ਼ਾਂ ਤੋਂ ਇਲਾਵਾ ਪਾਸਪੋਰਟ ਦੀ ਆਨਲਾਈਨ ਕਾਪੀ ਵੀ ਜ਼ਰੂਰੀ ਹੈ ਹਾਲਾਂਕਿ ਪਾਸਪੋਰਟ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਟੈਂਪ ਨਹੀਂ ਲੱਗੇਗੀ ਪਰ ਆਧਾਰ ਕਾਰਡ ਨਾਲ ਪਾਸਪੋਰਟ ਲੋਣਾ ਵੀ ਲਾਜ਼ਮੀ ਹੈ ਲੰਘੇ ਰਹੀ ਕਰਤਾਰਪੁਰੀ ਰਵਾਨਾ ਹੋਣ ਤੋਂ ਪਹਿਲਾਂ ਸੰਗਤਾਂ ਨੇ ਬੇहद ਖੁਸ਼ੀ ਦਾ ਇਜ਼ਹਾਰ ਕੀਤਾ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਮੋਦੀ ਸਰ ਨੇ ਆਪਣਾ ਇੱਕ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕਿਉਂਕਿ ਜਨਮ ਦਿਹਾੜਾ ਆ ਰਿਹਾ ਗੁਰੂ ਜੀ ਦਾ ਤੇ ਉਹਨਾਂ ਉਸਨੂੰ ਬਹੁਤ ਖੁਸ਼ੀ ਇਸ ਗੱਲ ਦੀ ਬਹੁਤ ਆਸਾ ਨੇ ਸਾਨੂੰ ਤਾਂ ਇੱਥੇ ਦੇਖ ਕੇ ਸਾਡਾ ਰੋਮ ਰਮ ਖੜਾ ਹੋ ਗਿਆ ਕਿ ਹਾਂ ਅਸੀਂ ਇੱਥੇ ਤੱਕ ਪਹੁੰਚ ਗਏ ਆਂ ਇੱਥੇ ਪਹੁੰਚ ਗਏ ਸਮਝ ਲਓ ਐਵੇਂ ਹੋ ਗਿਆ ਜਿਵੇਂ ਦਰਸ਼ਨ ਹੋ ਗਏ ਗੁਰੂ ਸਾਹਿਬ ਦੇ ਸਾਨੂੰ ਉਮੀਦ ਹੈ ਕੇ ਲੋਕ ਜਿਹੜੇ ਹੈਗੇ ਨੇ ਬੜੇ ਖੁਸ਼ੀ ਦੇ ਨਾਲ ਦਰਸ਼ਨ ਕਰਨ ਦੇ ਲਈ ਜਲਦੀ ਤੋਂ ਜਲਦੀ ਆਪਣਾ ਅਪਲਾਈ ਕਰਨਗੇ ਥੋੜੀ ਪ੍ਰਕਿਰਿਆ ਨੂੰ ਥੋੜਾ ਜਿਹਾ ਆਸਾਨ ਕੀਤਾ ਜਾਏ ਤਾਂ ਕਿ ਆਮ ਲੋਕ ਵੀ ਜਿਹੜੇ ਹੈਗੇ ਨੇ ਜਾ ਕੇ ਉਹ ਦਰਸ਼ਨ ਕਰ ਸਕਣ। ਔਰ ਰਖੁਰਗਿਆ ਜੀ ਸਰਕਾਰ ਦਾ ਬਹੁਤ ਬਹੁਤ ਦਰਵਾਜ਼ਾ ਜੀ ਪ੍ਰਧਾਨ ਮੰਤਰੀ મોદી ਦਾ ਉਹ ਬਰਾਖਾ ਦਾ ਜੀ ਦੋਨੋਂ ਬਿਲਕੁਲ ਕੇ ਜੋ ਰਸਤਾ ਖੋਲਿਆ ਗਿਆ ਤਾਂ ਸਖਤਾਂ ਨੂੰ ਦਰਸ਼ਨ ਹੋ ਪੜ ਗਏ ਤੇ ਔਰ ਮੇਰੀ ਉਮੀਦ ਹੈ ਕਿ ਦਵਾ ਖੁੱਲਣਾ ਥੋੜਾ ਕਰੇਜ ਵੱਧ ਜਾਏ। ਔਰ ਲੋਜਵਾ ਨੂੰ ਜੁਕੜ ਜਦਾ ਆਏਗਾ ਕਿ ਦੇਖ ਦਰਸ਼ਕਾ ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਸੰਗਤ ਕਤਰਪੁਰ ਸਾਹਿਬ ਦੇ ਦਰਸ਼ਨ ਲਈ ਜਾ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਲਕੇ ਆਪਣੇ ਮੰਤਰੀ ਮੰਡਲ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਜਿਸ સ્વાਸਤੀ ਮੁਕੰਮਲ ਪ੍ਰਬੰਧ ਕੀਤੇ ਗਏ ਨੇ ਕਰਤਾਰਪੁਰ ਸਾਹਿਬ ਦੀ ਲੰਗਾ ਬਣਿਆ ਸੀਗਾ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਖੁੱਲ ਗਿਆ ਹੈਗਾ ਔਰ ਮਾਨਯੋਗ ਮੁੱਖ ਮੰਤਰੀ ਜੀ ਦੀ ਪੂਰੀ ਕੈਬਨਿਟ ਤੇ ਸਾਡੇ ਹੋਰ ਵੱਡੇ ਵੱਡੇ ਵਿਅਕਤੀ ਜਿਹੜੇ ਹੈਗੇ ਆ ਉਹ ਕੱਲ ਜਾ ਰਹੇ ਨੇ ਜਿੱਥਾ ਲੈ ਕੇ ਔਰ ਇਹਦੇ ਵਾਸਤੇ ਜੋ ਗਾਈਡਲਾਈਨਸ ਨੇ ਸਾਰੀਆਂ ਆ ਚੁੱਕੀਆਂ ਨੇ ਕਿ ਜਿਵੇਂ ਜਿਹੜੇ ਵਿਅਕਤੀ ਜਾਣਗੇ ਉਹਨਾਂ ਦੀ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ ਦੋ ਡੋਜ਼ ਲੱਗੀਆਂ ਹੋਣੀਆਂ ਚਾਹੀਦੀਆਂ ਹੈ ਉਹਨਾਂ ਨੂੰ ਕੋ ਸਿਮਟਮ ਨਹੀਂ ਚਾਹੀਦੇ ਹੈ ਔਰ ਉੱਥੇ ਜਾ ਕੇ ਵੀ ਉਹਨਾਂ ਨੇ ਆਪਣਾ ਜਿਹੜਾ ਪਾਕਿਸਤਾਨ ਗਵਰਨਮੈਂਟ ਵੀ ਉਹਨੂੰ ਦੇਖੇਗੀ ਜਗਤਗੁਰੂ ਸ਼ਿਰਗੁਨਾਨੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਮੌਕੇ 2500 ਦੇ ਕਰੀਬ ਸਿੱਖ ਸ਼ਰਦਾਲੂਆਂ ਦਾ ਜਥਾ ਅਜਟਾਰੀ ਵਾਗਾ ਸਰਹੱਦ ਦੇ ਸਰਕੀ ਰਸਤੇ ਪਾਕਿਸਤਾਨ ਲਈ ਰਵਾਨਾ ਹੋਇਆ ਇਸ ਜਥੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲੜਾ ਮਿਸ਼ਨ ਅਤੇ ਪਾਈ ਮਰਦਾਨਾ ਯਾਦਗਾਰੀ ਕੀਰਤਨ ਸੁਸਾਇਟੀ ਫਰੋਜ਼ਪੁਰ ਸਮੇਤ ਵੱਖ-ਵੱਖ ਸੰਸਥਾਵਾਂ ਦੇ ਅਗਵਾਈ ਹੇਠ ਪੰਜਾਬ ਹਰਿਆਣਾ ਦਿੱਲੀ ਮੁੰਬਈ ਅਤੇ ਜੰਮੂ-ਸਪੀਤਵਾਕ ਸੂਬਿਆਂ ਨਾਲ ਸੰਬੰਧਿਤ ਸ਼ਰਦਾਲੂ ਸ਼ਾਮਲ ਸਨ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਦਾਲੂਆਂ ਨੂੰ ਅੰਬੀਜ਼ਰ ਤੋਂ ਅਟਾਰ ਸਾਦੀ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਪਹਿਲਾਂ ਐਸਜੀਪੀਸੀ ਵੱਲੋਂ ਸਿੱਖ ਸ਼ਰਦਾਲੂਆਂ ਦੇ ਜਥੇ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ ਜ਼ਿਕਰ ਹੋ ਗਿਆ ਕਿ 19 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਮਨਾਉਣ ਮਗਰੋਂ ਇਹ ਸ਼ਰਦਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਗੁਰਦੁਆਰਾ ਸੱਚਾ ਸੋਦਾ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਦ ਗੁਰੂਤਾਮਾ ਦੇ ਦਰਸ਼ਨ ਕਰੇਗਾ 26 ਨਵੰਬਰ ਨੂੰ ਇਹ ਸਿੱਖ ਜਥਾ ਵਤਨ ਪਰਤੇਗਾ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਪਾਰ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵਾਕ-ਵਾਕ ਮੰਨੀ ਪਰਮਨ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਅੰਦੋਲਨ ਦੇ ਨਾਇਕ ਅਤੇ ਮਹਾਨ ਕ੍ਰਾਂਤੀਕਾਰੀ ਲਾਲਾ ਲਾਜਪਤਰਾਈ ਬਾਰੇ ਜਾਣਕਾਰੀ ਦੇ ਰਹੇ ਹਾਂ ਪੇਸ਼ ਹੈ ਇੱਕ ਰਿਪੋਰਟ ਸਨਨਾ ਐ ਸੋਖਿਓ ਕੋ ਕੋ ਕਠੀਨ ਕਾਜ ਲਾਜਪਤ ਅੱਜ ਸੁਤੰਤਰਤਾ ਅੰਦੋਲਨ ਦੇ ਨਾਇਕ ਅਤੇ ਮਹਾਨ ਕ੍ਰਾਂਤੀਕਾਰੀ ਲਾਲਾ ਲਾਜਪਤ ਰਾਏ ਦੀ ਵਰਸੀਏ ਪੰਜਾਬ ਕੇਸਰੀ ਦੇ ਨਾਂ ਨਾਲ ਹਰਮਨ ਪਿਆਰੇ ਲਾਲਾ ਜੀ ਲਾਲ ਬਾਲ ਪਾਲ ਦੀ ਮਸ਼ਹੂਰ ਤਿਕੜੀ ਦੇ ਇੱਕ ਥੰਮਸਨ ਲਾਲਾ ਲਾਜਪਤ ਰਾਏ ਬਾਲ ਗੰਗਾਧਰ ਤਿਲਕ ਅਤੇ ਵਿਪਨ ਚੰਦਰਪਾਲ ਨੂੰ ਲਾਲ ਬਾਲ ਪਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ 1965 ਨੂੰ ਪੰਜਾਬ ਦੇ ਟੁੱਡੀਕੇ ਵਿੱਚ ਹੋਇਆ ਸੀ 1886 ਵਿੱਚ ਉਹ ਹਿਸਾਰ ਚਲੇ ਗਏ ਸਨ ਅਤੇ ਵਕਾਲਤ ਕਰਨ ਲੱਗ ਪਏ ਉਹਨਾਂ ਨੇ ਪੱਤਰਕਾਰਤਾ ਸ਼ੁਰੂ ਕੀਤੀ ਅਤੇ ਟ੍ਰਿਬਿਊਨ ਵਰਗੇ ਕਈ ਅਖਬਾਰਾਂ ਵਿੱਚ ਲੇਖ ਲਿਖੇ 1914 ਵਿੱਚ ਲਾਲਾ ਜੀ ਨੇ ਵਕਾਲਤ ਛੱਡ ਦਿੱਤੀ ਅਤੇ ਭਾਰਤ ਦੇ ਸੁਤੰਤਰਤਾ ਸੰਗਰਸ਼ ਵਿੱਚ ਸ਼ਾਮਲ ਹੋ ਗਏ ਲਾਲਾ ਲਾਜਪਤਰਾਈ ਨੇ ਨਿਊਯਾਰਕ ਵਿੱਚ ਇੰਡੀਆ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ ਅਤੇ ਮਾਸਿਕ ਪత్రిక ਯੰਗ ਇੰਡੀਆ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਹਿੰਦੁਸਤਾਨ ਇਨਫੋਰਮੇਸ਼ਨ ਕਾਂਗਰਸ ਦਾ ਵੀ ਪ੍ਰਕਾਸ਼ਨ ਕੀਤਾ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਣ ਅਤੇ ਪੰਜਾਬ ਵਿੱਚ ਰਾਜਨੀਤਿਕ ਅੰਦੋਲਨ ਵਿੱਚ ਹਿੱਸਾ ਲੈਣ ਕਾਰਨ ਲਾਲਾ ਲਾਜਪਤ ਰਾਏ ਨੂੰ 1907 ਵਿੱਚ ਮੁਕੱਦਮਾ ਚਲਾਏ ਬਿਨਾਂ ਹੀ ਬਰਮਾ ਦੇ ਮੰਡਲੇ ਵਿੱਚ ਨਿਸ਼ਕਾਸਤ ਕਰ ਦਿੱਤਾ ਗਿਆ। ਜਦੋਂ ਵਾਇਸਰਾਏ ਲਾਰਡ ਮਿੰਟੋ ਭੰਨ ਤੋੜ ਵਾਲੀਆਂ ਗਤੀਵਿਧੀਆਂ ਲਈ ਉਹਨਾਂ ਦੀ ਹਿਰਾਸਤ ਨੂੰ ਹੋਰ ਵਧਾਉਣ ਲਈ ਸਬੂਤ ਜਟਾਉਣ ਵਿੱਚ ناکਾਮ ਰਹੇ ਤਾਂ ਲਾਲਾ ਜੀ ਉਸੇ ਸਾਲ ਭਾਰਤ ਆ ਗਏ। ਉਹਨਾਂ ਨੇ ਲਾਹੌਰ ਵਿੱਚ ਬਰਾਦਲਾਫ ਹਾਲ ਵਿੱਚ ਨੈਸ਼ਨਲ ਕਾਲਜ ਦੀ ਸਥਾਪਨਾ ਕੀਤੀ ਅਤੇ ਵਿਦਿਆਰਥੀ ਦੇ ਰੂਪ ਵਿੱਚ ਭਗਤ ਸਿੰਘ ਨੂੰ ਨਾਮਜ਼ਦ ਕੀਤਾ 1920 ਵਿੱਚ ਲਾਲਾ ਲਾਜਪਤਰਾਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਨਾਮ ਮਿਲਵਰਤਨ ਅੰਦੋਲਨ ਵਿੱਚ ਹਿੱਸਾ ਲੈਣ ਕਾਰਨ ਉਹ 1921 ਤੋਂ 1923 ਤੱਕ ਜੇਲ੍ਹ ਵਿੱਚ ਰਹੇ ਰਿਹਾਈ ਤੋਂ ਬਾਅਦ ਉਹ ਵਿਧਾਨ ਸਭਾ ਲਈ ਚੁਣੇ ਗਏ 1928 ਵਿੱਚ ਅੰਗਰੇਜ਼ ਸਰਕਾਰ ਨੇ ਭਾਰਤ ਵਿੱਚ ਸੰਵਿਧਾਨਕ ਸੁਧਾਰਾਂ ਤੇ ਚਰਚਾ ਲਈ ਸਾਈਮਨ ਕਮਿਸ਼ਨ ਦਾ ਗਠਨ ਕੀਤਾ ਜਦੋਂ 30 ਅਕਤੂਬਰ 1928 ਨੂੰ ਕਮਿਸ਼ਨ ਲਾਹੌਰ ਆਇਆ ਤਾਂ ਲਾਲਾ ਲਾਜਪਤ ਰਾਏ ਨੇ ਅਹਿੰਸਕ ਵਿਰੋਧ ਸ਼ੁਰੂ ਕਰ ਦਿੱਤਾ ਕਿਉਂਕਿ ਕਮਿਸ਼ਨ ਦਾ ਕੋਈ ਵੀ ਮੈਂਬਰ ਭਾਰਤੀ ਨਹੀਂ ਸੀ ਪੁਲਿਸ ਸੁਪਰਡੈਂਟ ਜੇਮਸ ਏ ਸਕਾਟ ਨੇ ਪ੍ਰਦਰਸ਼ਨਕਾਰੀਆਂ ਉੱਪਰ ਲਾਠੀ ਚਾਰਜ ਕਰਨ ਦਾ ਹੁਕਮ ਦਿੱਤਾ ਅਤੇ ਨਿੱਜੀ ਤੌਰ ਤੇ ਲਾਲਾ ਜੀ ਉੱਤੇ ਵਾਰ ਕੀਤਾ ਲਾਲਾ ਜੀ ਦੇ ਸਿਰ ਤੇ ਗੰਭੀਰ ਸੱਟ ਲੱਗੀ ਅਡਿੱਗ ਰਹਿੰਦੇ ਹੋਏ ਲਾਲਾ ਜੀ ਨੇ ਕਿਹਾ ਕਿ ਮੈਂ ਐਲਾਨ ਕਰਦਾ ਹਾਂ ਕਿ ਅੱਜ ਮੇਰੇ ਉੱਤੇ ਮਾਰੀ ਗਈ ਹਰ ਲਾਠੀ ਭਾਰਤ ਵਿੱਚ ਅੰਗਰੇਜ਼ ਹਕੂਮਤ ਦੇ ਤਾਬੂਦ ਵਿੱਚ ਆਖਰੀ ਕਿਲ ਸਾਬਤ ਹੋਵੇਗੀ ਉਨ੍ਹਾਂ ਦੀ ਸੱਟ ਠੀਕ ਨਹੀਂ ਹੋਈ ਅਤੇ ਦਿਲ ਦੀ ਗਤੀ ਰੁਕਣ ਨਾਲ 17 ਨਵੰਬਰ 1928 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜਿਹੜੀ ਅੱਗ ਵਿੱਚ ਸਾਰਾ ਦੇਸ਼ ਮੱਚਦਾ ਏ ਸਤੋਂ ਸੇਖੀ ਨਾ ਗਈ। 17 ਨਵੰਬਰ 1932 ਨੂੰ ਤੀਜਾ ਤੇ ਆਖਰੀ ਗੋਲ ਮੇਜ਼ ਸੰਮੇਲਨ ਸ਼ੁਰੂ ਹੋਇਆ ਸੀ। ਗਾਂਧੀ ਜੀ ਅਤੇ ਕਾਂਗਰਸ ਨੇ ਸੰਮੇਲਨ ਵਿੱਚ ਹਿੱਸਾ ਨਹੀਂ ਲਿਆ ਕਈ ਹੋਰ ਭਾਰਤੀ ਨੇਤਾ ਵੀ ਗੈਰ ਹਾਜ਼ਰ ਰਹੇ ਪਹਿਲੇ ਦੋ ਸੰਮੇਲਨਾਂ ਵਾਂਗ ਇਹ ਸੰਮੇਲਨ ਵੀ ਬਹੁਤ ਘੱਟ ਸਮਰਥਨ ਹਾਸਲ ਕਰ ਸਕਿਆ ਇਸ ਦੀਆਂ ਸਿਫਾਰਸ਼ਾਂ ਮਾਰਚ 1933 ਵਿੱਚ ਵਾਈਟ ਪੇਪਰ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਅਤੇ ਬਾਅਦ ਵਿੱਚ ਸੰਸਦ ਵਿੱਚ ਬਹਿਸ ਹੋਈ ਸਿਫਾਰਸ਼ਾਂ ਦੇ ਵਿਸ਼ਲੇਸ਼ਣ ਅਤੇ ਭਾਰਤ ਲਈ ਨਵੇਂ ਕਾਨੂੰਨ ਤਿਆਰ ਕਰਨ ਲਈ ਇੱਕ ਸਾਂਝੀ ਕਮੇਟੀ ਬਣਾਈ ਗਈ ਕਮੇਟੀ ਨੇ ਫਰਵਰੀ 1935 ਵਿੱਚ ਵਿਧਾਨਕ ਖਰੜਾ ਪੇਸ਼ ਕੀਤਾ ਜਿਸ ਨੂੰ ਜੁਲਾਈ 1935 ਵਿੱਚ ਭਾਰਤ ਸਰਕਾਰ ਦੇ ਕਾਨੂੰਨ ਦੇ ਰੂਪ ਵਿੱਚ ਲਾਗੂ ਕੀਤਾ ਗਿਆ ਮਹਾਨ ਆਜ਼ਾਦੀ ਸੰਗ्रामੀ ਲਾਲਾ ਲਾਜਪਤ ਰਾਏ ਦੇ ਵਿਲਿਦਾਨ ਦਿਵਸ ਮੌਕੇ ਅੱਜ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਉਹਨਾਂ ਦੇ ਜਨਮ ਸਥਾਨ ਟੁੜੀਕੇ ਵਿਖੇ ਪਰਪੋਸ਼ਰਦਾਂਝੀਆਂ ਪਿੰਟ ਕੀਤੀਆਂ ਗਈਆਂ ਇਸ ਮੌਕੇ ਲਾਲਾ ਲਾਜਪਤ ਰਾਏ ਜਨਮ ਸਥਾਨ ਯਾਦਗਾਰੀ ਕਮੇਟੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਕਮੇਟੀ ਦੇ ਵਾਈਸ ਚੇਅਰਮੈਨ ਰਣਜੀਤ ਸਿੰਘ ਤੰਨਾ ਨਾਲ ਹੋਰ ਅਹੁਦੇਦਾਰਾਂ ਵਧੀਕ ਡਿਪਟੀ ਕਮਿਸ਼ਨਰ ਹਰਚਰਨ ਸਿੰਘ ਸਾਬਕਾ ਮੰਤਰੀ ਮਾਲਤੀ <th>ਪਨ ਨੇ ਵੀ ਸ਼ਿਰਕਤ ਕੀਤੀ ਬਖਵਕ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਪਤਵੰਤਿਆਂ ਨੇ ਲਾਲਾ ਜੀ ਦੇ ਬੁੱਤ ਤੇ ਫੁੱਲਾਂ ਦੀ ਹਾਰ ਪਿੰਟ ਕੀਤੀ ਤੇ ਇਕੱਠ ਨੂੰ ਸੰਬ

ਚਾਤ ਤੇ ਬਾਲ ਵਿਆਹ ਵਿਰੁੱਧ ਆਵਾਜ਼ ਬੁਲੰਦ ਕੀਤੀ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚਾਤਾ ਪਾਤਾ ਵਿੱਚ ਵੰਡੇ ਜੋ ਕਿ ਸਮਾਜ ਨੂੰ ਇੱਕ ਸੁਰ ਕਰਨ ਲਈ ਲਾਲਾ ਜੀ ਦੀਆਂ ਸਿੱਖਿਆਵਾਂ ਬੇहद ਮਹੱਤਵਪੂਰਨ ਹੈ ਅੱਜ ਦੇ ਸਮਾਗਮ ਦੌਰਾਨ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਇਨਕਲਾਬੀ ਨਾਟਕ ਨੇ ਹਰ ਇੱਕ ਨੂੰ ਪ੍ਰਭਾਵਿਤ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਲੋਕਤੰਤਰ ਸਿਰਫ ਇੱਕ ਵਿਵਸਥਾ ਹੀ ਨਹੀਂ ਸਗੋ ਇਹ ਸਾਡੀ ਪ੍ਰਵਿਰਤੀ ਵਿੱਚ ਹੈ ਅਤੇ ਜੀਵਨ ਦਾ ਹਿੱਸਾ ਹੈ। ਸ਼ਿਮਲਾ ਵਿੱਚ ਆਯੋਜਿਤ 82ਵੇਂ ਸਰਵਪਾਹਾਰਤੀ ਪ੍ਰੈਜ਼ਾਇਡਿੰਗ ਅਫਸਰਾਂ ਦੇ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲਿਜਾਣਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਗੈਰ-ਸਾਧਾਰਨ ਟੀਚੇ ਹਾਸਲ ਕਰਨੇ ਨੇ। ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸੰਕਲਪ ਸਿਰਫ ਸਬਕਾ ਪ੍ਰਯਾਸ ਜ਼ਰੀਏ ਹੀ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਾਵੇਂ ਪੂਰਬ ਉੱਤਰ ਦੀ ਦਹਾਕਾ ਪੁਰਾਣੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਹੋਵੇ ਜਾਂ دہਾਕਿਆਂ ਤੋਂ ਲੰਬਿਤ ਵਿਕਾਸ ਦੇ ਸਾਰੇ ਵੱਡੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੀ ਗੱਲ ਹੋਵੇ ਅਜਿਹੀ ਕਈ ਕੰਮ ਪਿਛਲੇ ਸਾਲਾਂ ਵਿੱਚ ਪੂਰੇ ਹੋਏ ਨਹੀਂ ਅਤੇ ਇਹ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਸੰਭਵ ਹੋਇਆਏ ਸਾਥੀਓ ਹਮੇ ਆਨੇ ਵਾਲੇ ਵਰਸ਼ੋ ਮੇ ਦੇਸ਼ ਕੋ ਨਈ ਉਚਾਈਆਂ ਉਪਰ ਲੈ ਕੇ ਜਾਣਾ ਹੈ ਅਸਾਧਾਰਨ ਲਕਸ਼ ਹਾਸਿਲ ਕਰਦੇ ये संकल्प सबके प्रयास से ही पूरे होंगे और लोकतंत्र में भारत की संघीय व्यवस्था में जब हम सबका प्रयास की बात करते हैं

वो आज संभव हो रहा है इसलिए हमारे सामने भविष्य के जो सपने हैं जो अमृत संकल्प हैं वो भी पूरे होंगे ਇਹ ਗ੍ਰਾਸਟਿਕ ਸੰਸਦੀ ਪਲੇਟਫਾਰਮ ਤੇ ਬੋਲਦੇ ਹੋਣਾ ਕਿ ਆ ਕਿ ਇਹ ਪੋਰਟਲ ਨਾ ਸਿਰਫ ਸਾਡੀ ਸੰਸਦੀ ਪ੍ਰਣਾਲੀ ਨੂੰ ਤਕਨੀਕੀ ਰੂਪ ਵਿੱਚ ਮਜ਼ਬੂਤ ਕਰੇਗਾ ਸਗੋਂ ਦੇਸ਼ ਦੀਆਂ ਸਾਰੀਆਂ ਲੋਕਤੰਤਰੀ ਇਕਾਈਆਂ ਨੂੰ ਜੋੜਨ ਦਾ ਕੰਮ ਵੀ ਕਰੇਗਾ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ 25 ਸਾਲ ਭਾਰਤ ਲਈ ਬੇहद ਮਹੱਤਵਪੂਰਨ ਹੈ ਉਹਨਾਂ ਸੰਸਦ ਮੈਂਬਰਾਂ ਨੂੰ ਆਪਣੇ ਫਰਜ਼ ਵਧੀਆ ਢੰਗ ਨਾਲ ਨਿਭਾਉਣ ਦੀ ਅਪੀਲ ਕੀਤੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਸਪੀਕਰ ਓਮ 베ਰਲਾ ਨੇ ਵਿਧਾਇਕ ਸੰਸਥਾਵਾਂ ਨੂੰ ਹੋਰ ਵਧੇਰੇ ਸ਼ਕਤੀਸ਼ਾਲੀ ਅਤੇ ਸਮਰੱਥ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸੰਸਦੀ ਕਮੇਟੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੋਵੇਗਾ ਅੱਜ ਦੇ ਸੰਮੇਲਨ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜ ਸਭਾ ਦੇ ਉਪ ਸਭਾਪਤੀ ਹਰੀ ਵੰਸ਼ ਨਾਰਾਇਣ ਸਿੰਘ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਵਿਪਨ ਸਿੰਘ ਪਰਮਾਰ ਅਤੇ ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀ ਹੋਤਰੀ ਨੇ ਵੀ ਸੰਬੋਧਨ ਕੀਤਾ ਕੇਂਦਰੀ ਕੈਬਨਿਟ ਨੇ ਅੱਜ ਕਈ ਮਹੱਤਵਪੂਰਨ ਫੈਸਲੇ ਲਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਦੇ ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਕੈਬਨਿਟ ਨੇ ਪ੍ਰਧਾਨ ਮੰਤਰੀ ਸੜਕੀ ਯੋਜਨਾ 3 ਤਹਿਤ ਕੋਈ 33822 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਪੀਐਮ ਸੜਕੀ ਯੋਜਨਾ ਫੇਸ 1 ਅਤੇ 2 ਤਹਿਤ ਸੜਕੀ ਸੰਪਰਕ ਤੋਂ ਜੋ ਖੇਤਰ ਛੁੱਟ ਕੇ ਇਨ੍ਹਾਂ ਵਿੱਚ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਕਬਾਈਲੀ ਖੇਤਰਾਂ ਦੇ ਲਾਭ ਮਿਲੇਗਾ ਉਹਨਾਂ ਦੱਸਿਆ ਕਿ ਅਜਿਹੇ ਵਿਕਾਸਸ਼ੀਲ ਜ਼ਿਲ੍ਹੇ ਜਿਥੇ ਟੈਲੀਕਮ ਟਾਵਰ ਅਤੇ ਕਨੈਕਟੀਵਿਟੀ ਨਹੀਂ ਹੈ ਉਹਨਾਂ ਵਿੱਚ ਮੋਬਾਈਲ ਟਾਵਰ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਇਸ ਯੋਜਨਾ ਤੇ 6468 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ ਇਸ ਦਾ ਲਾਭ ਆਂਧ੍ਰਪ੍ਰਦੇਸ਼ ਛੱਤੀਸਗੜ ਝਾਰਖੰਡ ਮਹਾਰਾਸ਼ਟਰ ਅਤੇ ਉੜੀਸਾ ਵਿੱਚ ਪੈਂਦੇ 44 ਜ਼ਿਲ੍ਹਿਆਂ ਦੇ 7287 ਪਿੰਡਾਂ ਨੂੰ ਮਿਲੇਗਾ ਦ ਕੈਬਨਟ ਟੂਡੇ ਡਿਸਾਈਡਿਡ for the construction of pradhan mantri gramin sadak yojana the roads under the pradhan mantri gramin sadak yojana phase 1 and 2 road connectivity also for the left wing extremist area this will help to construct the roads in the far flung rural areas in the tribal areas And the total road length will be thirty two thousand one hundred and fifty two kilometers and the long span bridge will be two thousand six hundred and forty eight. Is <laughs> Dinalhi Kabranda Namaskar?